ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਸਾਡੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ, ਉਹਨਾਂ ਦਾ ਸ਼ਹੀਦੀ ਦਿਹਾੜਾ। ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰੂ ਗ੍ਰੰਥ ਸਾਹਿਬ ਸੇਵਕ ਜੱਥਾ ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਇੱਥੋਂ ਦੀ ਸੰਗਤਾਂ, ਇੱਥੋਂ ਦੇ ਸਾਰੇ ਹੀ ਵੀਰ ਮਿਲ ਕੇ ਮਿਲਾ ਰਹੇ ਹਾਂ। ਜੋ ਪੰਚਮ ਪਾਤਸ਼ਾਹ ਦੀ ਜੋ ਸ਼ਹਾਦਤ ਹੋਈ, ਉਸ ਸਮੇਂ ਦੇ ਜੋ ਮੁਗਲਾਂ ਦਾ ਜ਼ੁਲਮ ਸੀ, ਉਹਨੂੰ ਇਨਕਾਰ ਕਰਦੇ ਹੋਇਆਂ, ਇਹ ਨਾ ਮੰਨਦੇ ਉਹਨਾਂ ਦੀ ਗੱਲ ਨਾ ਮੰਨਦੇ ਹੋਇਆਂ, ਪੰਚਮ ਪਾਤਸ਼ਾਹ ਨੇ ਜੋ ਉਹਨਾਂ ਨੇ ਉਸ ਸਮੇਂ ਮੁਗਲ ਬਾਦਸ਼ਾਹ ਨੇ ਤਸੀਹੇ ਦਿੱਤੇ ਸੀ ਪੰਚਮ ਪਾਤਸ਼ਾਹ ਨੂੰ, 33 ਲੋਹ ਦੇ ਉੱਤੇ ਜੋ ਬਿਠਾ ਕੇ ਸ਼ਹੀਦ ਕੀਤਾ ਸੀ, 33 ਲੋਹ 'ਤੇ ਬਿਠਾਇਆ। ਉਸ ਤੋਂ ਬਾਅਦ ਮਹਾਰਾਜ ਫਿਰ ਨਦੀ ਦੇ ਅੰਦਰ ਜਾ ਕੇ ਆਪਣਾ ਸਰੀਰ ਜਿਹੜਾ ਅੰਦਰ ਅਤੇ ਜਲ ਵਿੱਚ ਉਹਨਾਂ ਨੇ ਸਮਾਧੀ ਲੀਨ ਕੀਤਾ, ਅਤੇ ਉਸ ਤੋਂ ਬਾਅਦ ਇਹ ਜਿਹੜੀ ਉਹਨਾਂ ਦੀ ਸ਼ਹਾਦਤ ਹੋਈ ਹੈ, ਉਸ ਨੂੰ ਅੱਜ ਸਮਰਪਿਤ ਸਾਰੀ ਦੁਨੀਆ ਦੇ ਅੰਦਰ ਜਿਹੜੀ ਸੰਗਤਾਂ ਨੇ ਉਸ 33 ਦਿਨ ਨੂੰ ਅੱਜ ਜਿਹੜੇ ਛਬੀਲ ਦੇ ਰੂਪ ਵਿੱਚ ਮਨਾਉਂਦੇ ਨੇ, ਅਤੇ ਜਿਹੜੇ ਸਾਡੀ ਇਸਤਰੀ ਸਤਸੰਗ ਸਭਾ ਦੀਆਂ ਮਾਵਾਂ ਧੀਆਂ ਭੈਣਾਂ ਨੇ, ਉਹ 40-40 ਦਿਨ ਦਾ ਜੋ ਸੁਖਣੀ ਸਾਹਿਬ ਦੇ ਪਾਠ ਦੇ ਚੱਲੀਏ ਕਰਦੇ ਨੇ, ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੁੰਦੇ ਆ, ਬਾਣੀ ਦਾ ਪ੍ਰਤਾਪ ਕਰਦੇ ਨੇ, ਉੱਤੇ 40-40 ਦਿਨ ਸਮਰਨ ਕਰਦੇ ਨੇ, ਅਤੇ ਨਾਲ ਹੀ ਅੱਜ ਦੇ ਦਿਨ ਫਿਰ ਜਦੋਂ ਛਬੀਲਾਂ ਦੀ ਇਹ ਦੁਨੀਆ ਨੂੰ ਦੱਸਣ ਵਾਸਤੇ ਅੱਜ ਦੇ ਦਿਨ ਠੰਡਕ ਪਾਉਣ ਵਾਸਤੇ ਜੋ ਛਬੀਲ ਲਗਾਈ ਜਾਂਦੀ ਹੈ। ਇਸ ਜੋ ਗੁਰੂ ਸਾਹਿਬ ਦਾ ਇਤਿਹਾਸ ਤਾਂ ਬੜਾ ਲੰਬਾ ਹੈ, ਕਿਉਂਕਿ ਉਹਨਾਂ ਦੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੀ ਜਦੋਂ ਉਹਨਾਂ ਨੇ ਉਹਨਾਂ ਦਾ ਰਿਸ਼ਤਾ ਨਹੀਂ ਮੰਨਿਆ ਸੀ, ਉੱਥੋਂ ਇਹਨਾਂ ਦੀ ਜਿੱਦ ਸ਼ੁਰੂ ਹੋਈ, ਕਾਰਨ ਕੁਛ ਸਨ ਅਤੇ ਪਹੁੰਚੇ ਆ ਕੇ ਸਾਡੀ ਸ਼ਹਾਦਤ ਤੱਕ। ਹੁਣ ਇੰਨਾ ਲੰਬਾ ਇਤਿਹਾਸ ਤਾਂ ਮੈਂ ਛੋਟ 'ਚ ਹੀ ਕਹਾਂਗਾ ਕਿ ਉਹ ਜਿਹੜਾ ਉਹ ਕਿਤੇ ਗਿਆਨੀ ਜੀ ਹੁਣਾਂ ਕੋਲੋਂ ਸਾਨੂੰ ਸਰਵਣ ਕਰਨਾ ਪਏਗਾ, ਕਿਉਂਕਿ ਇਤਿਹਾਸ ਬੜਾ ਲੰਬਾ ਹੈ, ਇਹਦੇ ਅੰਦਰ ਜੋ ਹੈ ਬੜੀ ਸਾਰੀਆਂ ਹੀ ਤਰੁੱਟੀਆਂ, ਬੜੀਆਂ ਸਾਰੀਆਂ ਕਮੀਆਂ ਨੇ। ਹਰ ਜੋ ਅੱਜ ਦਾ ਵੀ ਸਮਾਂ ਹੀ ਚੱਲ ਰਿਹਾ, ਕਾਰਨ ਕੁਛ ਹੁੰਦਾ, ਪਹੁੰਚਦਾ ਕਿੱਥੇ ਹੈ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਦਾ ਸੀ, ਉਹਨਾਂ ਦੀ ਗਲਤ ਉੱਥੋਂ ਚੱਲੀ ਸੀ ਕਿ ਜਿਹੜੀ ਇਹ ਪੰਚਮ ਪਾਤਸ਼ਾਹ ਨੂੰ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਉਹਨਾਂ ਨੇ ਰਿਸ਼ਤਾ ਮੰਗਿਆ, ਅਤੇ ਸੰਗਤਾਂ ਨੇ ਮਨ੍ਹਾ ਕਰ ਦਿੱਤਾ, ਅਤੇ ਮਨ੍ਹਾ ਕਰਨ ਤੋਂ ਬਾਅਦ ਜਿਹੜਾ ਸਾਡਾ ਅੱਜ ਦਾ ਦਿਨ ਸਾਨੂੰ ਇਹ ਦੇਖਣਾ ਪਿਆ, ਕਾਰਨ ਕੁਛ ਅਤੇ ਰਾਜਨੀਤੀਆਂ ਨੇ ਕਿਤੇ ਹੋਰ ਪਹੁੰਚਾਇਆ। ਸੋ ਗੁਰੂ ਕਿਰਪਾ ਕਰੇ, ਅੱਜ ਦੇ ਦਿਨਾਂ ਨੂੰ ਅਸੀਂ ਯਾਦ ਕਰੀਏ, ਆਪਣੇ ਇਤਿਹਾਸ ਜਿਹੜੇ ਸੁਣੀਏ, ਅਤੇ ਅਸੀਂ ਸਾਵਧਾਨ ਰਹੀਏ ਕਿ ਅਸੀਂ ਅਜੇ ਵੀ ਉੱਥੇ ਜਿਹੜੇ ਨੁਕਸਾਨ 'ਚ ਨਾ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ।